ਆਪ ਸਭ ਦਾ ਸਵਾਗਤ ਹੈ ਆਪਣੇ YouTube ਚੈਨਲ HK ਬ੍ਰੇਟ ਤੇ ਤੇ ਅੱਜ ਆਪ ਤੁਹਾਡੇ ਲਈ ਲੈ ਕੇ ਆ ਚੁਕੇ ਸੀਮੀ ਜਮਾ ਦਾ ਸਮਾਜਿਕ ਸਿੱਖਿਆ ਦਾ ਪੇਪਰ ਜੋ ਕਿ ਸਤੰਬਰ ਐਗਜ਼ਾਮ ਹੋਣ ਬਾਰੇ ਉਹ ਲੈ ਕੇ ਆ ਚੁਕੇ ਹਾਂ ਬਿਦਫੁੱਲ ਸਰਵ ਜੇਕਰ ਤੁਸੀਂ ਆਪਣੇ YouTube ਚੈਨਲ ਦੇ ਨਵੇਂ ਹੋ ਤਾਂ ਪਹਿਚੇ ਨੂੰ ਸਬਸਕ੍ਰਾਈਬ ਕਰ ਲੈਣਾ ਜਿਸ ਨਾਲ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤੇ ਚਲੋ ਆਪਾਂ ਪੇਪਰ ਪਰ ਵੱਧਦੇ ਹਾਂ ਇਹ ਪੇਪਰ ਕੁੱਲ 80 ਅੰਕ ਦਾ ਹੋਊਗਾ ਤੇ ਸਮਾਂ 3 ਘੰਟੇ ਦਾ ਸਭ ਤੋਂ ਪਹਿਲਾਂ ਬਹੁ ਵਿਕਰ ਪ੍ਰੈਪਰੇਸ਼ਨ ਹੋਣਗੇ 16 ਜੇ ਪਹਿਲਾ ਪ੍ਰਸ਼ਨ ਹੈਗਾ ਉਪਰਿ ਕਿਸ ਆਕਾਸ਼ੀ ਪਿੰਡੇ ਦੇ ਦੁਆਲੇ ਕੁਮ ਦੇ ਹਨ ਇਹਦਾ ਅਨਸਰ ਆਜੂ ਆੜਾ ਆਪਣ ਗਰੇ ਅਗੇ ਕੁਐਸਚਨ ਨੰਬਰ 2 ਕਿਹੜੇ ਆਕਾਸ਼ੀ ਪਿੰਡੇ ਦੇ ਪਿੱਛੇ ਪ੍ਰਕਾਸ਼ ਦੀ ਇੱਕ ਲਕੀਰ ਹੁੰਦੀ ਹੈ ਇਹਦਾ ਅਨਸਰ ਆਜੂ ਆੜਾ ਉਲਕਾ ਅਗੇ ਤੀਸਰਾ ਧਰਤੀ ਕਿੰਨੇ ਤਾਪ ਖੰਡਾਂ ਵਿੱਚ ਵੰਡਿਆ ਜਾਂਦਾ ਹੈ ਇਹਦਾ ਅਨਸਰ ਆਜੂ ਈੜੀ 3 ਅਗੇ ਚੌਥਾ ਭੂਮੱਧ ਰੇਖਾ ਧਰਤੀ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ ਇਹਨਾਂ ਵਿੱਚੋਂ ਉੱਪਰਲੇ ਭਾਗ ਨੂੰ ਭੂਮੱਧ ਰਕ ਕੀ ਕਹਾਉਂਦਾ ਹੈ ਇਹਨਾਂ ਸਵਾਲ ਤੁਸੀਂ ਆਪਣੀ ਕਿਤਾਬ ਦੇ ਵਿੱਚੋਂ ਚੈੱਕ ਕਰ ਲੈਣਾ। ਅਗਿਆ ਪੰਜਵਾਂ 21 ਜੂਨ ਨੂੰ ਸੂਰਜ ਕਿਹੜੇ ਤਰੁਭ ਬਲ ਚੁੱਕਾ ਹੁੰਦਾ ਹੈ? ਇਹਨਾਂ ਸਜ ਉਤਰੀ। ਅਗਿਆ ਛੇਮਾ ਕਿਸ ਕਿਸ ਦੇਸ਼ ਦੇ 크ਿਸਮਸ ਗਰਮੀ ਦੀ ਰੁੱਤ ਵਿੱਚ ਮਨਾਇਆ ਜਾਂਦਾ ਹੈ? ਇਹਦਾ ਸਹੀ ਆਨਸਰ ਹੈ ਜੋ ਆਸਟ੍ਰੇਲੀਆ। ਅਗਿਆ ਸੱਤਵਾਂ ਹੇਠ ਲਿਖਿਆਂ ਵਿੱਚੋਂ ਕਿਹੜੇ ਵਿਗਿਆਨਿਕਾ ਨੇ ਆਪਣੀ ਖੋਜਾਂ ਦੇ ਬਾਰੇ ਪੁਸਤਕ ਲਿਖੀ ਹਨ ਜੋ ਇਤਿਹਾਸ ਲਿਖੇ ਵਿੱਚ ਸਹਾਇਤਾ ਮਿਲੀ ਹੈ? यदसर आज ऑप्शन ऊरा आर्यापत और ब्राहमि अगर अठवं आदि मानव ने अग दल तोहड़ी कंबली की सर जो आरा भोजन पकाने लगे नौवा क्वेश्चन है अपने कोठा लिखिया पिछड़ा हड़प्पा हर स्थान हरियाणा संबंधित नहीं है जरा संबंधित नहीं है यहाँ आंसर आज ऊड़ा सुनेता अग दसव महात्मा बुद्ध की माता का की नाम से यदा आंसर आज ऑप्शन आरा महा माया ਅਗੇ ਕੁਐਸਚਨ ਨੰਬਰ 11 ਅੰਤਿਮ ਮੋਰੀਆ ਸਮਰਾਠ ਵਿ੍ਰਿੱਧ ਦਾ ਕਤਲ ਉਸਦੇ ਸੈਨਾਪਤੀ ਨੇ ਕੀਤਾ ਸੀ ਹੇਠ ਲਿਖੇ ਵਿੱਚੋਂ ਸੈਨਾਪਤੀ ਕੌਣ ਸੀ ਏਜੂ ਸੈਨਾਪਤੀ ਹੈਗਾ ਜੀ ਆਪਸ਼ਨ ਉੜਾ ਪੁਸ਼ਯ ਮਿੱਤਰ ਸੰਗ ਅੱਗੇ 12ਮਾ ਕੁਸ਼ਾਕ ਸ਼ਾਸਕ ਕਨਿਸ਼ਕ ਦੇ ਹੇਠ ਲਿਖਿਆਂ ਵਿੱਚੋਂ ਕਿਹੜੀ ਚੀਨੀ ਸੈਨਾਪਤੀ ਦੇ ਨਾਲ ਜੁੱਧ ਕੀਤਾ ਇਹਦਾ ਜਵਾਬ ਪਹੁੰਚੋ ਆਪਸ਼ਨ ਉੜਾ ਬਿਲਕੁਲ ਸਹੀ ਹੈ ਅੱਗੇ ਕੁਐਸਚਨ ਨੰਬਰ 13 ਸਮਾਜ ਦੀ ਮੂਢਲੀ ਸਮਾਜਿਕ ਇਕਾਈ ਕਿਹੜੀ ਹੈ ਇਹ ਦਾ ਜਵਾਬ ਉੜਾ ਪਰਿਵਾਰ ਅਗਿਆ 14ਵਾਂ ਸਭ ਤੋਂ ਪਹਿਲੇ ਮਨੁੱਖਾ ਦੇ ਪਰਾਚੀ ਸਮੇਂ ਵਿੱਚ ਕਿਹੜੇ ਪਦਾਰਥ ਦੇ ਹਥਿਆਰ ਬਣਾਏ ਸਨ ਇਹ ਦਾ ਜਵਾਬ ਆਪਸ਼ਨ ਉੜਾ ਪੱਥਰ ਅਗਿਆ 15ਵਾਂ ਗ੍ਰਾਮ ਪੰਚਾਇਤ ਪੰਚਾਇਤ ਸੰਪਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜਨ ਲਈ ਘੱਟੋ-ਘੱਟ ਕਿੰਨੀ ਉਮਰ ਚਾਹੀਦੀ ਹੈ ਇਹ ਦਾ ਜਵਾਬ ਉਮਰ 21 ਸਾਲ ਅਗਿਆ 16ਵਾਂ ਜ਼ਿਲ੍ਹਾ ਪ੍ਰੀਸ਼ਦ ਦੇ ਬੋਤਾਂ ਦੁਆਰਾ ਸਿੱਧੇ ਚੁਣੇ ਗਏ ਚੁਣੇ ਜਾਣ ਵਾਲੇ ਮੈਂਬਰ ਦੀ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਸੰਖਿਆ ਕਿੰਨੀ ਹੋਣੀ ਚਾਹੀਦੀ ਹੈ ਇਹਦਾ ਰਾਈਟ ਆਨਸਰ ਹੈ ਜੋ 10 ਘੱਟ ਤੋਂ ਘੱਟ ਸੰਖਿਆ ਹੋਣੀ ਚਾਹੀਦੀ ਹੈ 10 ਤੇ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ 25 ਅਗੇ ਕੁਐਸਚਨ ਨੰਬਰ 2 ਬਸਤੂਨਿਸ਼ਠ ਪਰਿਚਨ ਉੱਤਰ ਕੁਲਮਾ ਕੇ 12 ਹੋਣ ਪਾਰੇ ਹਨ ਜੇ ਪਹਿਲੇ ਸੂਰਜ ਦੇ 8 ਉਪਗ੍ਰਹ ਹਨ ਘੱਟ ਦੇ ਅਕਾੜ ਦੇ ਅਨੁਸਾਰ ਤੁਸੀਂ ਕਿਹੜੇ ਦੋ ਉਪਗ੍ਰਹਨ ਦੇ ਵਿੱਚ ਆਉਂਦੀ ਹੈ ਇਹਦਾ ਆਨਸਰ ਜੋ ਨੇਪਚੂਨ ਅਤੇ ਸ਼ਕਰ ਅਗੇ ਦੂਸਰਾ ਹੈਗਾ ਦੋਨਾਂ ਤੁਰੂਭਾਂ ਨੂੰ ਮਿਲਾਉਣ ਮਿਲਾਉਣ ਵਾਲੀ ਅਰਧ ਗੋਰਾਕਾਰ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਆਨਸਰ ਦੇਸ਼ੰਤ ਰੇਖਾ ਹੈ ਅਗੇ ਤੀਸਰਾ ਮੁੱਖ ਮਧਿਆਨ ਰੇਖਾ ਕਿਸ ਨੂੰ ਆਖਦੇ ਹਨ ਇਹਦਾ ਆਨਸਰ ਆ ਜੂਗਾ ਜ਼ੀਰੋ ਦੇਸ਼ੰਤ ਨੂੰ ਮੁੱਖ ਮਧਿਆਨ ਰੇਖਾ ਆਖਦੇ ਹਨ ਅਗੇ ਚੌਥਾ 21 ਜੂਨ ਨੂੰ ਸੂਰਜ ਦੇ ਕਿਨੇ ਕਿੱਥੇ ਸਿੱਧੀਆਂ ਪੈਂਦੀ ਹਨ ਇਥੇ ਰਾਈਟ ਆਨਸਰ ਜੋ ਕਰਕੇ ਲਿਖਦੇ ਅਗੇ ਪੰਜਵਾਂ ਮਨੁੱਖ ਦੇ ਮਨ ਕੇ ਬਰਉਂ ਦੇ ਲਈ ਸਭ ਤੋਂ ਪਹਿਲਾਂ ਕਿਹੜੀ ਚੀਜ਼ ਬਣਤੀ ਜਾਂਦੀ ਹੈ ਇਹਨਾਂ ਸਜੂ ਕੀਮਤੀ ਪੱਥਰ ਅਗੇ ਛੇਮਾ ਸਿਕੰਦਰ ਮਕਦੂਨੀਆ ਦਾ ਮਹਾਨ ਮਹਾਨ ਯੂਨਾਨੀ ਵਿਜੇਤਾ ਸੀ ਉਸਨੇ ਭਾਰਤ ਤੇ ਹਮਲਾ ਕਦੋ ਕਦੋ ਕੀਤਾ ਸੀ ਇਹਨਾਂ ਸਜੂ 1526 ਈਸਵੀ ਪੂਰਵ ਵਿੱਚ ਅਗੇ ਸਤਮਾ ਸਤ ਬਾਹਨ ਸ਼ਾਸਕ ਹਿੰਦੂ ਧਰਮ ਦੇ ਅਨਜਾਇ ਸਨ ਪਰੰਤੂ ਉਹਨਾਂ ਨੇ ਵਿਪਾਰਿਕ ਵਰਗ ਇੱਕ ਹੋ ਧਰਮ ਨੂੰ ਮੰਨਦਾ ਸੀ ਉਹ ਕਿਹੜਾ ਧਰਮ ਸੀ ਇਹਨਾਂ ਸਾਰੇ ਬੁੱਧ ਧਰਮ ਅਗਿਆਤਮਾ ਮਹਾਨ ਬੁੱਧ ਦੇ ਅਨੁਸਾਰ ਦੁੱਖਾਂ ਦਾ ਕੀ ਕਾਰਨ ਹੈ ਇਹਨਾਂ ਸਜੂ ਇੱਛਾਮਾ ਅਗਨੋਮਾ ਕਿਹੜੀ ਖੋਜ ਦੇ ਕਿਹੜੀ ਖੋਜ ਨੇ ਮਨੁੱਖ ਨੂੰ ਉਪੋਜਨ ਪਕਾ ਕੇ ਖਾਣ ਲਈ ਸਹਾਇਤਾ ਕੀਤੀ ਹੈ ਇਤਰਾਸਾ ਜੋ ਅਗ ਅਗ ਦਸ਼ਮਾ ਭਾਰਤ ਦੇ ਸੱਭਿਆਚਾਰ ਖੁਸ਼ਹਾਰ ਹੈ ਦੇਸ਼ ਦੇ ਵਿੱਚ ਸ਼ਬਦ ਸ਼ਬਦਾਂ ਕੀ ਮਹੱਤਵ ਹੈ ਕੋਈ ਇੱਕ ਬਿੰਦੂ ਲਿਖੋ ਇਹ ਸੱਭਿਆਚਾਰ ਭਾਰਤ ਦੀ ਸ਼ਕਤੀ ਸਰੋਤ ਹੈ ਅਗ ਗਹਿਰਮਾ ਭਾਰਤ ਵਿੱਚ ਪਿੰਡਾਂ ਦੀ કુલ ਗਿਣਤੀ ਕਿੰਨੀ ਹੈ ਇਹਨਾਂ ਸੋ 6 ਲੱਖ ਅਗੇ ਪੰਚਾਇਤ ਰਾਜ ਦੇ ਕੀ ਉਦੇਸ਼ਨ ਗ੍ਰਾਮੀਣ ਵਿਕਾਸ ਹੈ ਮੇਥਨ ਦੋਸਤਿਕ ਕਲ ਹੋਰ ਦੱਸ ਦੇਵਾਂ ਇਹ ਪੇਪਰ ਆਪਨੇ ਕੋਈ ਇੱਕ ਮੋਡਲ ਟੈਸਟ ਪੇਪਰ ਆਇਸੀ ਜਿਹਨੂੰ ਆਪਾਂ ਸੋਲਵ ਕਰਕੇ ਕੇ ਪੀਡੀਏ ਬਣਾ ਲਈਏ ਇਸ ਕਾ ਕੇ ਪੇਪਰ ਨੂੰ ਤਿਆਰ ਨਾ ਪੜ੍ਹ ਲੈਣਾ ਤੇ ਜਦ ਕੱਕ ਕੇ ਜਨ ਕੀ ਪਤਾ ਆਹੀ ਪੇਪਰ ਆ ਜਾਵੇ ਤੁਹਾਡਾ ਅਕੀ ਤੀਸਰਾ 30 ਸ਼ਬਦਾਂ ਬਾਰੇ ਪ੍ਰਸ਼ਨ ਉੱਤਰ ਪਹਿਲੇ ਹੈਗਾ ਸੂਰਜੀ ਪਰਿਵਾਰ ਬਾਰੇ ਤੁਸੀਂ ਕੀ ਜਾਣਦੇ ਹੋ ਸੂਰਜ ਉਸ ਦੇ ਗ੍ਰਹਿ ਗ੍ਰਹਿਾਂ ਦੇ ਉਪਗ੍ਰਹਿ ਛੋਟੇ ਗ੍ਰਹਿ ਾਂਦੀ ਮਿਲ ਕੇ ਇੱਕ ਪਰਿਵਾਰ ਬਣਾਉਂਦੇ ਹਨ ਇਸ ਇਸ ਪਰਿਵਾਰ ਨੂੰ ਸੂਰਜੀ ਪਰਿਵਾਰ ਆਖਦੇ ਹਨ ਸੂਰਜ ਇਸ ਪਰਿਵਾਰ ਦੇ ਕੇਂਦਰ ਵਿੱਚ ਸਥਿਤ ਹੈ ਗ੍ਰਹਿ ਆਪਣੇ ਆਪਣੀ ਉਪਰ ਗ੍ਰਹਿ ਸਹੀ ਤੇ ਸੂਰਜ ਦੇ ਚਾਰੇ ਪਾਸੇ ਘੁੰਮਦੇ ਰਹਿੰਦੇ ਹਨ ਅਗੇ ਦੂਸਰਾ ਉਤਰੀ ਅਰਧਗੋੜੀ ਨੂੰ ਦੱਖਣੀ ਅਰਧਗੋੜੀ ਤੋਂ ਕੀ ਪਾਵ ਹੈ ਇਹਨਾਂ ਸਾਰੂਆ ਪੂਮਧ ਰੇਖਾ ਧਰਤੀ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡ ਰਹੀ ਹੈ ਪੂਮਧ ਰੇਖਾ ਉਤਰੀ ਭਾਗ ਅਤੇ ਉਤਰੀ ਅਰਧਗੋੜਾ ਅਤੇ ਦੱਖਣੀ ਭਾਗ ਨੂੰ ਦੱਖਣੀ ਅਰਧਗੋੜਾ ਆਖਦੇ ਹਨ ਅਗੇ ਤੀਸਰਾ ਸੱਤ ਸਾਲ ਦੇ ਆਰੰਭਿਕ ਸਮੱਸਿਆਵਾਂ ਦਾ ਵਿਕਾਸ ਨਦੀਆਂ ਦੇ ਕਿਨਾਰੇ ਤੇ ਕਿਉਂ ਹੋਇਆ ਸੱਬੇਤਾਂ ਮ ਇਹਦਾ ਜਵਾਬ ਜੂ ਪਹਿਲੇ ਹੈਗਾ ਨਦੀਆਂ ਘਾਟੀ ਦਾ ਨਿਰਮਾਣ ਨਦੀਆਂ ਦੁਆਰਾ ਲਈ ਗਈ ਮਿੱਟੀ ਨਾਲ ਹੋਇਆ ਸੀ ਇਸ ਲਈ ਬਹੁਤ ਉਪਜਾਊ ਸੀ ਅਗੇ ਦੂਸਰਾ ਲੋਕਾਂ ਨੂੰ ਲੋੜੀ ਦੀ ਮੱਤਾ ਵਿੱਚ ਪਾਣੀ ਪ੍ਰਾਪਤ ਸੀ ਅਗੇ ਤੀਸਰਾ ਆਬਜਈ ਅਤੇ ਸਮਾਨ ਤੋਂਨ ਲਈ ਨਦੀਆਂ ਦੀ ਬਲਤੂ ਕੀਤੀ ਜਾਂਦੀ ਸੀ ਅਗੇ ਚੌਥਾ ਪ੍ਰਸ਼ਨ ਹੈਗਾ ਵਿਦੇਸ਼ੀ ਹਮਲਿਆ ਦਾ ਸਮਾਜ ਤੇ ਕੀ ਪ੍ਰਭਾਵ ਪਿਆ ਵਿਦੇਸ਼ੀ ਹਮਰੇ ਕਨਪਾੜ ਤੇ ਸਮਾਜਿਕ ਤੇ ਸਭਿਆਚਾਰਕ ਜੀਵਨ ਤੇ ਬਹੁਤ ਸਾਰੇ ਪ੍ਰਭਾਵ ਪੈ ਹਨ ਜੇ ਪਹਿਲੇ ਸ਼ੱਕ ਹਿੰਦੂ ਜੁਨਾਨ ਪੱਲਵ ਕੁਸ਼ਾਨ ਆਂਦੀ ਅਨੇਕ ਜੀ ਵਿਸ਼ੇਸ਼ ਜਾਤੀਆਂ ਨੇ ਭਾਰਤ ਲੋਕ ਭਾਰਤੀ ਸਮਾਜ ਵਿੱਚ ਸਮਲ ਹੋ ਗਏ ਸਨ ਉਹ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕਰਨ ਲੱਗ ਪਏ ਸਨ ਅਗੇ ਦੂਸਰਾ ਤਿੱਬ੍ਰਿਸ਼ੀ ਲੋਕਾਂ ਨੇ ਪਾਲਤੀ ਨਾ ਵਿਆਸ ਸਮਦਸਤਾਵਿਟ ਕਰਕੇ ਭਾਰਤੀ ਸੰਸਕ੍ਰਿਤੀ ਨੂੰ ਅਪਣਾ ਲਿਆ ਸੀ ਅਗੇ ਤੀਸਰਾ ਕਨਿਸ਼ਕਾ ਕਨਿਸ਼ਕ ਆਂਦੀ ਵਿਸ਼ੇਸ਼ ਰਾਜਿਆਂ ਨੇ ਬੁੱਧ ਧਰਮ ਨੂੰ ਅਪਣਾਇਆ ਅਤੇ ਇਸ ਦਾ ਪ੍ਰਚਾਰ ਵਿਦੇਸ਼ਾਂ ਵਿੱਚ ਵੀ ਕੀਤਾ ਤੁਹਾਡਾ ਪ੍ਰਸ਼ਨ ਨੰਬਰ 5 ਕਬੀਲੇ ਦੇ ਅਤੇ ਸ਼ਹਿਰੀ ਜੀਵਨ ਵਿੱਚ ਕੀ ਅੰਤਰ ਹੈ ਇਹਦਾ ਜਵਾਬ ਹੈ ਕਿ ਕਬੀਲੇ ਦੇ ਲੋਕਾਂ ਦਾ ਜੀਵਨ ਸਥਾਈ ਨਹੀਂ ਹੁੰਦਾ ਉਹ ਇੱਕ ਥਾਂ ਤੇ ਤਿੱਕੇ ਨਹੀਂ ਰਹਿੰਦੇ ਆਪਣੇ ਜ਼ਰੂਰਤਾਂ ਅਨੁਸਾਰ ਅਨੁਸਾਰ ਸਥਾਨ ਬਦਲਦੇ ਰਹਿੰਦੇ ਹਨ ਕਬੀਲੇ ਦੇ ਲੋਕਾਂ ਦਾ ਜੀਵਨ ਸਰਦਾਰਨ ਹੁੰਦਾ ਤਾਂ ਉਹਨਾਂ ਦੀ ਲੋੜ ਬਹੁਤ ਘੱਟ ਹੁੰਦੀ ਹੈ ਇਹ ਛਿਮਾ ਜਿਹੜਾ ਪਰਿਸ਼ਦ ਦੇ ਕੰਮਾਂ ਦਾ ਸੰਖੇਪ ਬੰਨਣ ਕਰੋ ਜਿਹੜਾ ਪਰਿਸ਼ਦ ਦਾ ਸਥਾਨ ਸਥਾਪਨਾ ਗ੍ਰਾਮ ਵਿਕਾਸ ਲਈ ਕੀਤੀ ਗਈ ਕੀਤੀ ਜਾਂਦੀ ਹੈ ਇਹਦਾ ਮੁੱਖ ਕੰਮ ਪੰਚਾਇਤ ਸੰਪਤੀਆਂ ਦੀ ਦੇਖਭਾਲ ਕਰਨਾ ਤੇ ਉਹਨਾਂ ਨੂੰ ਤਾਲਮੇਲ ਬਣਾਈ ਰੱਖਣਾ ਹੈ ਇਹ ਸਰਕਾਰ ਅਤੇ ਪੰਚਾਇਤ ਸੰਪਤੀ ਵਿਚਲੀ ਵਿਚਾਰੇ ਕੜੀ ਦਾ ਕੰਮ ਕਰਦੀ ਹੈ ਇਹ ਸਰਕਾਰ ਨੂੰ ਵਿਕਾਸ ਕਾਰੇ ਕਮਾ ਬਾਰੇ رائے ਦਿੰਦੀ ਹੈ ਅਗੀ ਚੌਥਾ ਹੈ ਕਿ 80 ਸ਼ਬਦਾਂ ਦੇ ਪ੍ਰਸ਼ਨ ਦੇ ਉੱਤਰ ਦੇਣ ਹਨ ਕੋਈ ਚਾਰ ਕਰਨੇ ਹਨ ਤੇ ਹਰੇਕ ਵੇਸੇ ਪੰਜ ਅੰਕ ਦੇ ਉਹ ਜਿਵੇਂ ਪਹਿਲੇ ਹੈਗਾ 33 ਦੀ ਵਾਸ਼ਿਕ ਗਤੀ ਤੋਂ ਕੀ ਪਤਾ ਹੈ ਇਸ ਗਤੀ ਦੇ ਕਾਰਨ ਕੰਨ ਕੀ ਸਿੱਟਾ ਨਿਕਲਦੇ ਹਨ ਧਰਤੀ ਸੂਰਜ ਦੇ ਵਿਚਾਰੇ ਪਾਸੇ ਚੱਕਰ ਲਗਾਉਂਦੀ ਹੈ ਇਹ ਸੂਰਜ ਦੁਆਰ ਇੱਕ ਨਿਸ਼ਚਿਤ ਅੰਡਾ ਆਕਾਰ ਮਾਰਗ ਤੇ ਘੁੰਮਦੀ ਹੈ ਅਤੇ 365 ਦਿਨਾਂ ਵਿੱਚ ਇਹ ਚੱਕਰ ਪੂਰਾ ਕਰਦੀ ਹੈ ਪੂਰਾ ਕਰਦੀ ਹੈ ਧਰਤੀ ਦੀ ਇਸ ਗਤੀ ਨੂੰ વાર્ਸ਼ਿਕ ਗਤੀ ਕਹਿੰਦੇ ਹਨ ਇਹਦੇ ਸਿੱਤੇ ਕੀ ਨਿਕਰਦੇ ਹਨ ਆਪਾਂ ਪੜ੍ਹ ਲੈਣੇ ਆ ਪਹਿਲੇ ਹੈਗਾ ਇਸ ਗਤੀ ਦੇ ਕਾਰਨ ਰੁੱਤਾਂ ਬੰਦੀ ਹਨ ਰੁੱਤਾਂ ਬਦਲਦੀਆਂ ਹਨ ਮਤਲਬ ਜਿੰਮੇ ਗਰਮੀ ਦੀ ਉਤਾ ਕੀ ਸਿਆਲ ਦੀ ਹੈਗੀ ਪੱਤ ਚੜਾ ਗਿਆ ਇਹ ਦੂਸਰਾ 바ਸੀ ਗਤੀ ਤੋਂ ਪੂਰੇ ਸਾਲ ਦਾ ਕੈਲੰਡਰ ਬੰਦ ਹੈ ਇਹ ਪਰਿਕਰਮਾ ਨੂੰ ਅਸੀਂ ਇੱਕ ਸਾਲ ਦਾ ਮੰਨ ਕੇ 12 ਮਹੀਨਿਆਂ ਵਿੱਚ ਵੰਡ ਲੈਂਦੇ ਹਾਂ ਮਹੀਨੇ ਨੂੰ ਦਿਨਾਂ ਵਿੱਚ ਵੰਡ ਲਿਆ ਜਾਂਦਾ ਹੈ ਇਹ ਤੀਸਰਾ ਸਰਦੀ ਦੇ ਦਿਨ ਰਾਤ ਦਾ ਸਮਾਂ ਇੱਕੋ ਜਿਹਾ ਨਹੀਂ ਰਹਦਾ ਸਰਦੀ ਵਿੱਚ ਰਾਤਾਂ ਵੱਡੀਆਂ ਹੁੰਦੀਆਂ ਨੇ ਤੇ ਦਿਨ ਛੋਟੇ ਹੁੰਦੇ ਨੇ ਪਰ ਗਰਮੀਆਂ ਦੇ ਵਿੱਚ ਰਾਤਾਂ ਛੋਟੀਆਂ ਹੁੰਦੀਆਂ ਤੇ ਦਿਨ ਵੱਡੇ ਹੁੰਦੇ ਹਨ ਇਸ ਬਰਖਰੀਵੇ ਦੀ ਵਾਰਸ਼ਿਕ ਗਤੀ ਦਾ ਕਾਰਨ ਹੁੰਦਾ ਹੈ ਅਗਰ ਦੂਸਰਾ ਉਪ ਉਪਗ੍ਰਹਿ ਕਿਸ ਤਰ੍ਹਾਂ ਦੇ ਤਾਰੇ ਤੋਂ ਵੱਖਰੇ ਹੁੰਦੇ ਹਨ ਉਪਗ੍ਰਹਿ ਕਿਸ ਤਰ੍ਹਾਂ ਦੇ ਤਾਰੇ ਤੋਂ ਵੱਖਰੇ ਹੁੰਦੇ ਹਨ ਫਿਰ ਉਪਗ੍ਰਹਿ ਉਪਗ੍ਰਹਿ ਆਪਣੇ ਗ੍ਰਹਿਆਂ ਦੇ ਚਾਰੇ ਪਾਸੇ ਚੱਕਰ ਲਗਾਉਂਦੇ ਹਨ ਪਰ ਤਾਰੇ ਆਪਣੇ ਧੁਰੇ ਦੇ ਚੱਕਰ ਲਗਾਉਂਦੇ ਹਨ ਅਗੇ ਦੂਸਰਾ ਉਪਗ੍ਰਹਿ ਦਾ ਆਪਣਾ ਤਾਪ ਅਤੇ ਪ੍ਰਕਾਸ਼ ਨਹੀਂ ਹੁੰਦਾ ਜਦ ਕਿ ਤਾਰਿਆਂ ਦਾ ਆਪਣਾ ਤਾਪ ਅਤੇ ਪ੍ਰਕਾਸ਼ ਹੁੰਦਾ ਹੈ ਉਪਗ੍ਰਹਿਾਂ ਦੀ ਗਿਣਤੀ ਤੋਂ ਸੀਮਤਾ ਪਰ ਤਾਰਿਆਂ ਦੀ ਗਿਣਤੀ ਅਸੀਮਤਾ ਉਪਗ੍ਰਹਿ ਟਿਮਟਿਮਾਉਂਦੇ ਨਹੀਂ ਹੈਗੇ ਤੇ ਤਾਰੇ ਟਿਮਟਿਮਾਉਂਦੇ ਨੇ ਇਹ ਕੁਐਸਚਨ ਨੰਬਰ 3 ਪੁਰਾਣਾ ਪੱਥਰ ਯੁੱਗ ਬਾਰੇ ਤੁਸੀਂ ਕੀ ਜਾਣਦੇ ਹੋ ਪੁਰਾਣਾ ਪੱਥਰ ਯੁੱਗ ਉਸ ਯੁੱਗ ਨੂੰ ਕਿਹਾ ਜਾਂਦਾ ਹੈ ਜਦੋਂ ਮਨੁੱਖਰ ਇੱਕ ਸ਼ਿਕਾਰੀ ਅਤੇ ਸਹਿਕ ਸੀ ਇਸ ਯੁੱਗ ਵਿੱਚ ਮਨੁੱਖਾ ਦਾ ਜੀਵਨ ਕੁਦਰਤੀ ਬਸਤਾ ਤੇ ਨਿਭਸੀ ਉਸ ਨੂੰ ਅੱਗ ਦਾ ਕੋਈ ਗਿਆਨ ਨਹੀਂ ਸੀ ਇਸ ਲਈ ਉਹ ਜੰਗਲ ਜੰਗਲੀ ਕਦ ਮੂਲ ਅਤੇ ਜੰਗਲ ਦਾ ਕੱਚਾ ਮਾਸ ਖਾਂਦਾ ਸੀ ਜੰਗਲੀ ਜੰਗਵਰ ਤੋਂ ਆਪਣੀ ਸੁਰੱਖਿਆ ਲਈ ਉਹ ਝੁੰਡ ਬਣਾ ਕੇ ਰਹਿੰਦੇ ਸਨ ਉਹ ਰਾਤ ਨੂੰ ਦਫਤਰਾਂ ਦਰਖਤਾਂ ਦਰਖਤਾਂ ਤੇ ਜਾ ਗੁਫਾਾਂ ਵਿੱਚ ਰਹਿੰਦੇ ਸਨ ਉਹ ਆਮ ਤੋਤੇ ਨੰਗਰ ਰਹਿੰਦਾ ਸੀ ਪਰ ਕਦੇ-ਕਦੇ ਉਹ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਸਰਦੀ ਤੇ ਗਰਮੀ ਤੋਂ ਬਚਾਉਣ ਲਈ ਜੰਗਲਾਂ ਦੇ ਖੱਲਾਂ ਦੇ ਦਰਖਤਾਂ ਦੇ ਪੱਤਿਆਂ ਦਾ ਛਿਲਕਾ ਨਾ ਧੱਕ ਲੈਂਦਾ ਸੀ ਜੰਗਲ ਦੇ ਸ਼ਕਾਲੀ ਉਹ ਪੱਥਰ ਦੇ ਬਣੇ ਹਥਿਆਰ ਜਾਂ ਦਰਖਤਾਂ ਦੀ ਤਾਨੇ ਦੀ ਬਲ ਤੋਂ ਕੱਲਦਾ ਸੀ ਐ ਕੁਐਸਚਨ ਨੰਬਰ 4 ਸਿਕੰਦਰ ਬਾਰੇ ਤੁਸੀਂ ਕੀ ਜਾਣਦੇ ਹੋ ਸਿਕੰਦਰ ਮਕਦੂਨੀਆ ਦੇ ਰਾਜੇ ਫਰੀਪ ਦਾ ਪੁੱਤਰ ਸੀ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮਕਦੋਨੀਆ ਦਾ ਸ਼ਾਸਕ ਬਣਿਆ ਉਸ ਦੀ ਇੱਛਾ ਸਾਰੇ ਸੰਸਾਰ ਨੂੰ ਜਿੱਤਣ ਦੀ ਸੀ ਇਸੇ ਲਈ ਰਾਜਗਦੀ ਤੇ ਬੈਠਦੇ ਹੀ ਉਸ ਨੇ ਸੰਸਾਰ ਨੂੰ ਜਿੱਤਣ ਦਾ ਕੰਮ ਸ਼ੁਰੂ ਕਰ ਦਿੱਤਾ ਪਹਿਲੇ ਦੋ ਸਾਲਾਂ ਵਿੱਚ ਉਸ ਨੇ ਮਕਦੂਨੀ ਮਕਦੂਲੀ ਦੇ ਆਦੇਵਾ ਦੇ ਦੇਸ਼ਾਂ ਨੂੰ ਦਿੱਤੇ ਜਿੱਤ ਪ੍ਰਾਪਤ ਕੀ ਫਿਰ ਉਹ ਵਿਸ਼ਾਲ ਸੈਨਾ ਲੈ ਕੇ ਫਰਾਂਸ ਨੂੰ ਜਿੱਤਣ ਲਈ ਚਲਾ ਗਿਆ ਉਸ ਨੇ ਏਸ਼ੀਆ ਮਾਨਿਮਰ ਸੀਰੀਆ ਮਿਸਰ ਅਤੇ ਅਫਗਾਨਿਸਤਾਨ ਨੂੰ ਵੀ ਜਿੱਤ ਲਿਆ ਸੀ ਇਹ ਕੁਐਸਚਨ ਨੰਬਰ 5 ਪੰਚਾਇਤ ਦੇ ਸੰਗਠਨ ਬਾਰੇ ਲਿਖੋ ਪੰਚਾਇਤ ਦੇ ਸੰਗਠਨ ਗ੍ਰਾਮ ਪੰਚਾਇਤ 200 ਜਾਂ 200 ਤੋਂ ਵੱਧ ਜਨਸਖਿਆ ਵਾਲੇ ਹਰੇਕ ਪਿੰਡ ਵਿੱਚ ਬਣਾਈ ਜਾਂਦੀ ਹੈ ਪੰਜਾਬ ਵਿੱਚ ਗ੍ਰਾਮ ਪੰਚਾਇਤ ਦੇ ਮੈਂਬਰ ਦੀ ਗਿਣਤੀ 5 ਤੋਂ ਲੈ ਕੇ 13 ਤੱਕ ਹੋ ਸਕਦੀ ਹੈ ਪਹਿਲੇ ਪੰਚਾਇਤ ਚੋਣ ਗ੍ਰਾਮ ਪੰਚਾਇਤ ਦੇ ਮੈਂਬਰ ਦੀ ਚੋਣ ਗ੍ਰਾਮ ਸਭਾ ਦੇ ਮੈਂਬਰ ਜਿਨ੍ਹਾਂ ਦੀ ਉਮਰ 18 ਤੋਂ 18 ਸਾਲ ਦੇ ਇਸ ਤੋਂ ਵੱਧ ਹੋਵੇ ਦੋਹਰਾ ਪਤਖ ਤੌਰ ਤੇ ਕੀਤੀ ਜਾਂਦੀ ਹੈ ਹਰੇਕ ਹਰੇਕ ਗ੍ਰਾਮ ਪੰਚਾਇਤ ਵਿੱਚ ਔਰਤਾਂ ਲਈ 1/3 ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ ਇਸ ਤੋ ਇਲਾਵਾ ਪਛੜੀਆਂ ਜਾਤੀਆਂ ਤੇ ਕਬੀਲੇ ਦੇ ਮੈਂਬਰ ਦੀ ਗਿਣਤੀ ਉਹਨਾਂ ਦੀ ਜਨਸਖਿਆ ਅਤੇ ਪਿੰਡਾਂ ਦੀ ਕੁਝ ਜਨਸਖਿਆ ਦੇ ਅਨੁਪਾਤ ਅਨੁਸਾਰ ਨਿਸ਼ਚਿਤ ਕੀਤੀ ਜਾਂਦੀ ਹੈ ਸਰਪੰਚਾ ਹਰੇਕ ਗ੍ਰਾਮ ਪੰਚਾਇਤ ਵਿੱਚ ਇੱਕ ਸਰਪੰਚ ਹੁੰਦਾ ਹੈ ਉਹਦੀ ਚੋਣ ਵੀ ਗ੍ਰਾਮ ਸਭਾ ਦੇ ਮੈਂਬਰਾਂ ਪਰ ਤੱਕ ਤੌਰ ਤੇ ਕਰਦੇ ਹਨ ਪੰਚਾਇਤ ਸਕੱਤਰ ਪੰਚਾਇਤ ਦੇ ਕੰਮਾਂ ਵਿੱਚ ਸਹਾਇਤਾ ਲਈ ਇੱਕ ਸਰਕਾਰੀ ਕਰਮਚਾਰੀ ਵੀ ਹੁੰਦਾ ਹੈ ਜਿਸ ਨੂੰ ਪੰਚਾਇਤ ਸਕੱਤਰ ਕਹਿੰਦੇ ਹਨ ਉਹ ਪੰਚਾਇਤ ਦੀ ਆਮਦਨ ਅਤੇ ਖਰਚ ਦਾ ਹਿਸਾਬ ਰੱਖਦੇ ਹਨ ਉਹ ਪੰਚਾਇਤ ਦੇ ਕੰਮਾਂ ਦੀ ਰਿਪੋਰਟ ਤਿਆਰ ਕਰਦੇ ਹਨ ਬਲਕਿ ਪੰਚਾਇਤ ਤੇ ਅਧਿਕਾਰ ਨੂੰ ਦਿੰਦੇ ਹਨ ਹਰ ਕੁਐਸਚਨ ਨੰਬਰ 5 ਸ੍ਰੋਤ ਅਧਾਇਤ ਪ੍ਰਸ਼ਨ ਉੱਤਰ ਦਿਓ ਪ੍ਰਸ਼ਨ ਦੇ ਉੱਤਰ ਦਿਓ ਮਤਲਬ ਇਹ ਪੈਰਾ ਹੁਣ ਬੜਾ ਕੋਈ ਪੰਜ ਕੁਐਸਚਨ ਪੁੱਛੇ ਜਾਣਗੇ ਇਹਨਾਂ ਨੂੰ ਤੁਸੀਂ ਆਨਸਰ ਦੇਣੇ ਹਨ ਆਪ ਪੋਸ਼ਨ ਪਹਿਲਾ ਪੁਰਾਣਾ ਪੱਥਰ ਯੁੱਗ ਕਿਸ ਜੁਗ ਨੂੰ ਕਿਹਾ ਜਾਂਦਾ ਹੈ ਇਤਾਂ ਅਨੁਸਾਰ ਪੁਰਾਣਾ ਪੱਥਰ ਯੁੱਗ ਉਸ ਜੁਗ ਨੂੰ ਕਿਹਾ ਜਾਂਦਾ ਹੈ ਜਦੋਂ ਮਨੁੱਖ ਇੱਕ ਸ਼ਿਕਾਰੀ ਅਤੇ ਸਹਿਕਸੀ ਅਗੇ ਦੂਸਰਾ ਜੰਗਲੀ ਜਾਨਵਰਾਂ ਤੋਂ ਆਪਣੀ ਰੱਖਿਆ ਲਈ ਉਹ ਕੀ ਕਰਦੇ ਸਨ ਜੰਗਲੀ ਜਾਨਵਰਾਂ ਤੋਂ ਰੱਖਿਆ ਲਈ ਉਹ ਝੁੰਡ ਬਣਾ ਕੇ ਰਹਿੰਦੇ ਸਨ ਅਗੇ ਤੀਸਰਾ ਉਹ ਰਾਤ ਨੂੰ ਕਿੱਥੇ ਰਹਿੰਦੇ ਸਨ ਉਹ ਰਾਤ ਨੂੰ ਦਰਖਤਾਂ ਅਤੇ ਗੁਫਾਵਾਂ ਵਿੱਚ ਰਹਿੰਦੇ ਸਨ ਅਗੇ ਚੌਥਾ ਹੈਗਾ ਜਾਨਵਰਾਂ ਦੇ ਸ਼ਿਕਾਰੀ ਉਹ ਕਿਸ ਦੇ ਬਣੇ ਹਥਿਆਰ ਵਰਤਦੇ ਸਨ ਇਤਾਂ ਅਨੁਸਾਰ ਉਹ ਪੱਥਰਾਂ ਦੇ ਬਣੇ ਹਥਿਆਰ ਵਰਤਦੇ ਸਨ ਉਹ ਆਮ ਤੌਰ ਤੇ ਕਿਸ ਤਰ੍ਹਾਂ ਰਹਦੇ ਸਨ ਉਹ ਆਮ ਤੌਰ ਤੇ ਨੰਗੇ ਰਹਿੰਦੇ ਸਨ ਮਤਲਬ ਬਿਨਾਂ ਬਸਤਾਂ ਤੋਂ ਇਹ ਕਿ ਸ਼ੇਮ ਹੈਗਾ ਇਹਥੇ ਲਿਖੇ ਸਤਾਨਾਂ ਨੂੰ ਭਾਦਰੀ ਨਕਸ਼ੇ ਤੇ ਦਿਖਾਓ ਮਤਲਬ ਤੁਸੀਂ ਸਥਾਨ ਦੇਖ ਲੈਣ ਜਿਵੇਂ ਤਾਮਿਲਨਾਡੂ ਸ਼ੇਮਰਾ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਲੇਹ ਦਬਨ ਪੰਡੂਚੇਰੀ ਬੰਗਾਲ ਦੀ ਖਾੜੀ ਪੋਪਾਲ ਇਹਨਾਂ ਤੁਸੀਂ ਨੇ ਮਤ ਭਾਦਰੀ ਨਕਸ਼ੇ ਸਥਾਨ ਦਿਖਾਉਣੇ ਨੇ ਤੇ ਹਰੇਕ ਸਥਾਨ ਦਾ ਇੱਕ ਅੰਕ ਕਹੂਗਾ ਇਹ ਤੁਸੀਂ ਆਪਣੀ ਕਿਤਾਬ ਦੇ ਵਿੱਚੋਂ ਦੇਖ ਕੇ ਕਰ ਲੈਣੇ ਹਨ ਤੇ ਪੇਪਰ ਇੱਥੇ ਹੀ ਸਮਾਪਤ ਹੁੰਦਾ ਹੈ ਜੇਕਰ ਤੁਹਾਨੂੰ ਵੀਡੀਓ ਬੜੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਹੋ ਸਕੇ ਵੀਡੀਓ ਨੂੰ ਲਾਈਕ ਤੇ ਆਪਣੇ ਦੋਸਤਾਂ ਤੱਕ ਜਰੂਰ ਸ਼ੇਅਰ ਕਰ ਦੇਣਾ ਓਕੇ ਦੋਸਤੋ ਆਪਾਂ ਫੇਰ ਮਿਲਾਂਗੇ ਇੱਕ ਅਗਲੀ ਵੀਡੀਓ 'ਚ